ਸ੍ਰੀਕਾਲ ਜੀ ਸਾਰੇ ਨੂੰ ਕਿੱਦਾਂ ਹੋ ਸਾਰੇ ਜਣੇ ਵੈਲਕਮ ਟੂ ਅਵਰ ਲੀਨ ਵਲੌਗਸ ਤੇ ਅੱਜ ਦਾ ਸਾਡਾ ਵਲੌਗ ਆ ਕੈਂਡ ਵਾਲਾ ਤੇ ਸਾਡੇ ਵਲੌਗ ਦਾ ਨਾਮ ਆ ਭੰਗੜਾ ਵਲੌਗ ਤੇ ਬਹੁਤ ਕੈਂਡ ਆ ਤੇ ਵੇਖਦੇ ਆ ਕਿੱਦਾਂ ਸਾਡਾ ਚੱਲਦਾ ਆ ਲੈਟਸ ਗੋ ਤੇ ਪਹਿਲੇ ਦੱਸੋ ਸਾਰਿਆਂ ਨੂੰ ਭੰਗੜੇ ਵਲੌਗ ਦੇ ਵਿੱਚ ਨਾ ਬੜਾ ਸਿਆਪਾ ਆਉਂਦਾ ਆ ਮੇਨਲੀ ਸਾਨੂੰ ਉੱਤੇ ਜਾ ਕੇ ਸਾਡੀ ਛੱਤ ਤੇ ਜਾ ਕੇ ਸਾਨੂੰ ਸ਼ੂਟਿੰਗ ਕਰਨੀ ਆ ਤੇ ਮੇਨਲੀ ਮੇਰੇ ਨਾਲ ਜ਼ਿਆਦਾਤਰ ਮੇਰੀ ਦੀਦੀ ਹੁੰਦੀ ਆ ਜਾਂ ਮੇਰੀ ਛੋਟੀ ਭੈਣ ਇਸ਼ਲੀਨ ਕੌਰ ਹੁੰਦੀ ਆ ਮੇਨਲੀ ਮੈਂ ਉਹਨਾਂ ਦੇ ਨਾਲ ਜਾਂਦੀ ਹਾਂ ਜਿੱਦਾਂ ਡਾਂਸ ਕਰਨਾ ਆ ਪਰ ਮੈਂ ਅੱਜ ਇਕੱਲੇ ਜਾਣਾ ਆ ਇਕੱਲੇ ਥੋੜ੍ਹਾ ਅਜੀਬ ਲੱਗ ਰਿਹਾ ਬਟ ਇਕੱਲੇ ਦਾ ਡਾਂਸ ਆ ਇਕੱਲੇ ਕਰਨਾ ਪੈਣਾ ਆ ਇੱਥੇ ਕਿਹੜਾ ਆਉਣਾ ਛੱਤ 'ਤੇ ਹੀ ਆਉਣਾ ਉਹ ਡਾਂਸ ਅਤੇ ਆਪਾਂ ਚੱਲਦੇ ਹਾਂ ਸਾਡੇ ਭੰਗੜਾ ਵਲੌਗ ਦੇ ਵਿੱਚ ਕੀ ਆਉਣਾ ਆ ਸਭ ਤੋਂ ਪਹਿਲਾਂ ਅਸੀਂ ਰੈਡੀ ਹੋਣਾ ਸਾਰਾ ਅਤੇ ਮੇਨਲੀ ਅਸੀਂ ਰੈਡੀ ਆ ਨੋਰਮਲ ਟੀ ਸ਼ਰਟ ਅਤੇ ਨੋਰਮਲ ਨੀਚੇ ਜੈਗਿੰਗ ਅਤੇ ਥੱਲੇ ਸ਼ੂਜ਼ ਡਾਲ ਕੇ ਸਾਡਾ ਗਾਣਾ ਇੱਦਾਂ ਦਾ ਆ ਤਾਂ ਕਰਕੇ ਆਪਾਂ ਇੱਦਾਂ ਕਰਨਾ ਆ ਅਤੇ ਸਭ ਤੋਂ ਪਹਿਲਾਂ ਅਸੀਂ ਹੁਣ ਜਾ ਰਿਹਾ ਰੈਡੀ ਹੋਣ ਲਈ ਸਾਡਾ ਮੇਕਅਪ ਅਤੇ ਮੇਨਲੀ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਸਾਡਾ ਜਿਹੜਾ ਮੇਕਅਪ ਆ ਨਾ ਉਹ ਲਾਈਟ ਹੋਵੇ ਜ਼ਿਆਦਾ ਓਵਰ ਮੈਨੂੰ ਇਸ ਗਾਣੇ 'ਚ ਜੱਚਦਾ ਨਹੀਂ ਆ ਤਾਂ ਕਰਕੇ ਕਿ ਮੇਨਲੀ ਪਹਿਲਾਂ ਹੀ ਮੈਂ ਆਪਣੀ ਫੇਸ 'ਤੇ ਸਕਿਨ ਕੇਅਰਿੰਗ ਕਰ ਚੁੱਕੀ ਹਾਂ ਮੇਨਲੀ ਮੈਂ ਸਕਿਨ ਕਰੀਮ ਲਗਾ ਚੁੱਕੀ ਹਾਂ ਲਿਪ ਬਾਮ ਪਹਿਲਾਂ ਤੋਂ ਹੀ ਲੱਗਿਆ ਅਤੇ ਹੁਣ ਆਪਾਂ ਸਾਡਾ ਮੇਕਅਪ ਸਟਾਰਟ ਕਰਨ ਲੱਗੇ ਹਾਂ ਲੈਟਸ ਗੋ ਛੱਤ 'ਤੇ ਦੇਖਦੇ ਆ ਕਿੱਦਾਂ ਦਾ ਆ ਹੁਣ ਅਸੀਂ ਡਾਂਸ ਕਰਾਂਗੇ ਅਤੇ ਆਈ ਹੋਪ ਸਾਰਿਆਂ ਨੂੰ ਵਧੀਆ ਲੱਗ ਰਿਹਾ ਹੋਣਾ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯਾਰ ਸਬਸਕ੍ਰਾਈਬ ਲਾਈਕ ਇੰਨੇ ਘੱਟ ਹੋਣੇ ਵੀ ਨਹੀਂ ਚਾਹੀਦੇ ਅਤੇ ਹੁਣ ਆਪਾਂ ਵਲੌਗ ਅਗਲੇ ਦਿਨ ਲਾਹਦੇ ਰਹਾਂਗੇ ਅਤੇ ਤੁਸੀਂ ਸਾਰੇ ਜਿਹੜੇ ਪੜੋ ਅਤੇ ਕਰਦੇ ਰਹਿਣਾ ਅਤੇ ਹੁਣ ਆਪਾਂ ਚੱਲਦੇ ਛੱਤ 'ਤੇ ਮੇਨਲੀ ਅਸੀਂ ਸਾਡੀ ਛੱਤ 'ਚ ਆ ਚੁੱਕੇ ਹਾਂ ਅਤੇ ਸਾਡਾ ਸਭ ਕੁਛ ਰੈਡੀ ਆ ਅਤੇ ਸਾਡੀ ਲੋਕੇਸ਼ਨ ਇੱਧਰ ਦੀ ਜਾਂ ਉੱਧਰ ਦੀ ਆ ਅਤੇ ਅਸੀਂ ਸੋਚ ਕੇ ਦੱਸਾਂਗੇ ਕੀ ਹਾਲ ਹੈ ਅਤੇ ਸਭ ਕੁਛ ਰੈਡੀ ਹੋ ਜਾਣ ਤਾਂ ਕਰਕੇ ਅਸੀਂ ਡਾਂਸ ਸ਼ੁਰੂ ਕਰਾਂਗੇ ਬਸ ਲੈਟਸ ਗੋ ਸਾਡਾ ਡਾਂਸ ਹੋ ਚੁੱਕਿਆ ਆ ਬਹੁਤ ਥੱਕ ਗਿਆ ਧੁੱਪ ਬਹੁਤ ਹੁਣ ਹੋ ਗਈ ਆ ਉੱਤੋਂ ਆਈਫੋਨ ਨਾ ਧੁੱਪ 'ਚ ਗਰਮ ਹੋ ਜਾਂਦਾ ਬਹੁਤ ਅਤੇ ਜਿੰਨੀ ਛੇਤੀ ਹੋ ਸਕਿਆ ਮੈਂ ਕਵਰ ਕਰਾਂ ਤੁਸੀਂ ਵੇਖ ਸਕਦੇ ਹੋ ਕੈਮਰਾ ਵੀ ਪੂਰਾ ਕੱਪ ਰਿਹਾ ਹੋਣਾ ਕਿਉਂਕਿ ਮੇਰਾ ਹੱਥ ਕੱਪ ਰਿਹਾ ਅਤੇ ਆਪਾਂ ਥੱਲੇ ਚੱਲ ਕੇ ਗੱਲ ਕਰਦੇ ਹਾਂ ਅਤੇ ਕਿੱਦਾਂ ਉਹ ਸਾਰੇ ਜਣੇ ਅਤੇ ਮੇਨਲੀ ਕੀ ਆ ਮੇਰਾ ਜਿਹੜਾ ਇਹ ਮੇਰਾ ਦੂਜਾ ਜਿਹੜਾ ਮੈਂ ਮੋਮ ਦਾ ਫੋਨ ਬੋਰੋ ਕੀਤਾ ਸੀ ਅਤੇ ਮੇਰਾ ਆਈਫੋਨ ਬਹੁਤ ਗਰਮ ਹੋ ਚੁੱਕਿਆ ਮੈਨੂੰ ਨਾ ਹਲੇ ਮੈਂ ਰੱਖ ਕੇ ਗਈ ਸੀ ਏਸੀ ਔਨ ਕਰਨ ਅਤੇ ਮੈਂ ਉੱਤੇ ਆਈ ਤਾਂ ਮੈਂ ਵੇਖਿਆ ਕਿ ਮੇਰੇ ਫੋਨ 'ਚ ਗਾਣੇ ਚੱਲ ਰਹੇ ਆ ਸੀਰੀਅਸਲੀ ਮੇਰੇ ਫੋਨ 'ਚ ਗਾਣੇ ਚੱਲਦੇ ਸੀ ਪਰ ਮੈਂ ਕਿਹੜੇ ਵੀ ਗਾਣੇ ਨਹੀਂ ਚਲਾਏ ਸੀ ਅਤੇ ਫੋਨ ਮੇਰਾ ਹੈਂਗ ਕਰਨ ਲੱਗ ਗਿਆ ਸੀ ਆਈ ਡੋਂਟ ਵਾਏ ਬਹੁਤ ਗਰਮ ਹੋ ਗਿਆ ਤਾਂ ਕਰਕੇ ਤਾਂ ਮੈਨੂੰ ਰੱਖ ਦਿੱਤਾ ਹਲੇ ਕੂਲ ਡਾਊਨ ਹੋਣ ਲਈ ਅਤੇ ਮੈਂ ਬਹੁਤ ਥੱਕ ਗਈ ਆ ਬਾਈ ਮੈਂ ਮੇਨਲੀ ਮੈਂ ਕੀ ਕੀਤਾ ਮੈਂ ਸ਼ੁਰੂਆਤ 'ਚ ਸੈਕਿੰਡ ਪੈਰਾ 'ਚ ਕੀਤਾ
शुरुआत च गंदा होया, लास्ट च बहुत कैंट होया। जो मैं नेक्स्ट बार किया शुरुआत च बहुत वधिया, नेक्स्ट लास्ट के जो मैं करन लगे ना मेरी सांस फुल गई, मैं रुक गई, मैं फिर उन्हें एडिट करांगी। बड़ा थक चुकिया सी ता मेली असी रेस्ट कर चुके आ पूरा पूरा भी नहीं हले भी मेरा शरीर वॉमिटिंग जिदा लग रहा है थोड़ा, बहुत थक गया, ओवर डांस किया है बहुत। मैं दस भी नहीं सकती हाँ। तो साडा डांस का सारा हो चुकिया, तो साडे डांस व्लॉग दे विच असी तुहानू पूरा व्लॉग देन लगे हाँ। तो हुण असी मेनली मैं जो भी कोई अपना व्लॉग शूट करन तो बाद मैं मेनली अपनी इंस्टाग्राम वीडियोज बनानी हाँ। मेनली सारे एक बुरी खबर आ कि दैट मेनली अज मेरी जी सारी सेव होंगी वीडियो रील्स जी मैं पाउनी होंगी वो सारी डिलीट हो चुकी है, क्योंकि की होया मैं इन्नी अनलक्की आ दैट कि मैं ना मेरा इंस्टाग्राम बंद हो गया अकाउंट। वो किदा बंद होता वो मैं तुम्हें समझा रही हूँ। मेनली की होंगे आ कि जरा कोई पिछों कोई बंदा थोड़ा अकाउंट लॉग इन करता तो पासवर्ड तो उन्होंने पता नहीं, वो कोशिश करता कि पासवर्ड किदा भी सही हो जा, तो वह करता रहता तो आई मीन 5 ट्राइज के बाद बंद हो जाता। तो इतने वो जोड़ा फुदू बंदा वो तो कुत्ते काम करके छड़ देता, इतने मेरा अकाउंट बंद हो जाता है तो मेरी सारी रील्स डिलीट हो गया। तो हूँ मैं चलो चंगी गल है हूँ आप और न्यू बना पाँगे, पर अस पुरानी वर्जन भी मिस कर रहे पर अस की कर सकते आ। हूँ असी सारी रील्स बना चुके हैं, स्लोमो पिक्चर्स सब कुछ हो चुके आ, साडा डांस पूरा कंप्लीट हो चुके आ, हूँ आप थोड़ा रेस्ट करांगे। तो किदा लगा सारे साडा भंगड़ा ब्लॉग, तो साडा जिहड़ा भंगड़ा आ ए इस वीडियो ते अगले दिन आऊगा छेती आने वाला आ, तो देखते हैं कि डांस होना, तो यह डांस वीडियो भी साढ़े यूट्यूब च पोस्ट होनी आ। तो लेट्स गो, सत श्री अकाल सारे।